ਹਾਂਜੀ ਆਂਟੀ, ਕੀ ਨਾਮ ਹੈ ਜੀ? ਕੀ ਗੱਲ ਬਾਤ ਹੋ ਗਈ ਆ ਜੀ? ਘਰ ਮਕਾਨ ਦੀ ਹਾਲਾਤ ਜਿਹੜੇ ਆ, ਮਕਾਨ ਜਦੋਂ ਹਜੇ ਮੀਂਹ ਸ਼ੁਰੂ ਹੁੰਦਾ ਹੀ ਆ ਤੇ ਚੋਣ ਡੈ ਪੈਂਦਾ ਆ, ਚੋਣ ਤੋਂ ਪਹਿਲੇ ਭਾਂਡੇ ਰੱਖਣੇ ਥਾਂ ਥਾਂ ਦੇ, ਭਾਂਡੇ ਖਿਲਾਰਨੇ ਆ, ਕਦੀ ਉੱਥੇ ਕਦੀ ਉੱਥੇ ਥਾਂ ਥਾਂ ਤੇ, ਸਾਡੀ ਜਗ੍ਹਾ ਵੀ ਨਹੀਂ ਰਹਿੰਦੀ ਬਹਿਣ ਵਾਸਤੇ ਨਾ ਖਲੋਣ ਵਾਸਤੇ, ਤੇ ਅਸੀਂ ਇਹੋ ਕਹਿੰਦੇ ਵੀ ਸਾਡੀ ਮਸਜਿਦ ਦਿੱਤੀ ਕੀਤੀ ਜਾਵੇ ਬਹੁਤ ਜ਼ਿਆਦਾ, ਤੁਹਾਨੂੰ ਤੁਹਾਡਾ ਧੰਨਵਾਦ ਹੈ। ਭੈਣ ਜੀ, ਕਿੰਨੇ ਚਿਰ ਤੋਂ ਘਰ ਦੇ ਹਾਲਾਤ ਇੱਦਾਂ ਦੇ ਨੇ? ਕੋਈ ਪਿੰਡ ਦਾ ਨੁਮਾਇੰਦਾ ਜਾਂ ਸਰਪੰਚ ਅੱਜ ਤੱਕ ਕਦੀ ਇੱਥੇ ਪਹੁੰਚਿਆ ਤੁਹਾਡੇ ਘਰ ਦੇ ਹਾਲਾਤ ਜਾਣਨ? ਨਹੀਂ ਪਹੁੰਚਿਆ। ਕਿੰਨੇ ਚਿਰ ਤੋਂ ਇਸ ਪਿੰਡ ਦੇ ਵਸਨੀਕ ਹੋ? ਘੱਟੋ ਘੱਟ 40-45 ਸਾਲ ਹੋਏ ਗਏ ਇਸ ਗੱਲ ਨੂੰ। ਅੱਛਾ ਜੀ, 22 ਸਾਲ ਤਾਂ ਮੇਰੇ ਵਿਆਹ ਨੂੰ ਹੋ ਗਿਆ, ਇਸ ਜ਼ਿਆਦਾ ਬਣੇ ਮੇਰੇ ਤੋਂ ਆਉਣ ਤਾਂ ਗੇਤੇ ਬਣੇ ਆ, ਇਸ ਤਰ੍ਹਾਂ ਦੇ ਹੀ ਆ ਕਮਰੇ, ਕੋਈ ਮਾਇਤ ਨਹੀਂ ਦਿੰਦਾ, ਵੋਟਾਂ ਲੈ ਲੈਂਦੇ, ਕੋਈ ਮਾਇਤ ਨਹੀਂ ਗਾ। ਹਾਂਜੀ, ਕਰਦਾ। ਹੁਣ ਅੱਗੇ ਇਲੈਕਸ਼ਨ ਆਉਂਦੇ ਪਏ ਨੇ, ਇਲੈਕਸ਼ਨ ਆਉਂਦੇ ਪਏ ਨੇ ਅੱਗੇ, ਤਾਂ ਫਿਰ ਸਰਪੰਚੀ ਇਲੈਕਸ਼ਨ ਹੈ, ਫਿਰ ਆਣਗੇ ਵੋਟਾਂ ਮੰਗਣ, ਜੇ ਹੁਣ ਜੇ ਉਦੋਂ ਤੱਕ ਤੁਹਾਡਾ ਮਕਾਨ ਨਹੀਂ ਬਣਦਾ ਤੇ ਉਹਨਾਂ ਨੂੰ ਕੀ ਜਵਾਬ ਹੋਏਗਾ ਤੁਹਾਡਾ? ਅਸੀਂ ਕਵਾਂਗੇ ਸਾਡਾ ਬਣਾਓ, ਜੇ ਨਾ ਬਣਾਉਣਗੇ ਅਸੀਂ ਵੋਟਾਂ ਨਹੀਂ ਗਾ ਦੇਣੀਆਂ, ਵੋਟਾਂ ਇਸ ਕਰਕੇ ਦੇਵਾਂਗੇ। ਇਹ ਪਿੰਡ ਵਿੱਚ ਲੈਣੇ, ਉਹ ਵੀ ਬੀਬੀ ਵੋਟਾਂ ਜਿਹੜੇ ਵੋਟਾਂ ਸਰਪੰਚੀ ਦੇ ਖਲਾਉਂਦੇ ਆ, ਉਹ ਵੀ ਸੇਖੇ ਪਿੰਡ ਵਿੱਚ ਰਹਿੰਦੇ ਆ, ਅਸੀਂ ਵੀ ਸੇਖੇ ਪਿੰਡ ਵਿੱਚ ਰਹਿੰਦੇ ਹਾਂ, ਸਾਡੀ ਕੋਈ ਮਾਇਤ ਨਹੀਂ ਗਾ ਕਰਦਾ। ਇਸ ਕਰਕੇ ਮੈਂ ਝਾੜੂ ਪੋਚਾ ਲਾ ਕੇ ਲੋਕਾਂ ਦੀਆਂ ਟੋਕਰੀਆਂ ਢੋ ਢੋ ਕੇ ਬੱਚੇ ਪਾੜੇ ਪਾਲੇ ਮੈਂ, ਹੈਂ, ਤੇ ਇਸ ਕਰਕੇ ਨਹੀਂ ਸੁਣਦਾ ਕੋਈ ਵੀ। ਤੁਹਾਡੇ ਜਿਹੜੇ ਘਰ ਵਾਲੇ ਨੇ ਉਹ ਕੀ ਕੰਮ ਕਰਦੇ ਨੇ? ਇਹ ਦਿਹਾੜੀ ਕਰਦੇ ਨੇ। ਅੱਛਾ, ਤੇ ਇਹਨਾਂ ਦਾ ਕੀ ਕੋਈ ਬਿਮਾਰ ਵੀ ਹੈਗੇ ਨੇ? ਹਾਂਜੀ, ਇਹਨੂੰ ਥੋੜਾ ਜਿਹਾ ਨੁਕਸ ਪੈਂਦਾ ਦੌਰੇ ਦਾ। ਅੱਛਾ ਅੱਛਾ। ਹਾਂਜੀ, ਇਹਨੂੰ ਲੈ ਕੇ ਜਦੋਂ ਥੋੜਾ ਜਿਹਾ ਠਹਿਰ ਜਾਂਦਾ ਆ, ਕਈ ਵਾਰ ਦੌੜਾਂ ਲੱਗ ਜਾਂਦੀਆਂ, ਅਸੀਂ ਸਾਰਾ ਟੱਬਰ ਉੱਠ ਉੱਠ ਕੇ ਬਹਿੰਦੇ ਆ, ਭੱਜ ਜਾਂਦਾ ਆ, ਫਿਰ ਉਹਨੂੰ ਦਵਾਈ ਦਾਰੂ ਦਵਾਈ ਦੀ ਆ। ਕੋਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ, ਖਾਸ ਕਰ ਦਾਨੀ ਸੱਜਣਾ ਨੂੰ? ਅਸੀਂ ਦਾਨੀ ਸੱਜਣਾ ਇਹੋ ਕਹਿੰਦੇ ਆ ਵੀ ਸਾਡੀ ਮਾਇਤ ਕਰਨ, ਸਾਡੀ ਸਹਾਇਤਾ ਕਰਨ, ਸਾਡੀ ਕੋਈ ਪਿੰਡ ਵਿੱਚ ਨਹੀਂ ਸੁਣਦਾ। ਕੋਈ ਨੰਬਰ ਹੈਗਾ ਤੁਹਾਡੇ ਘਰ ਦਾ? ਹਾਂਜੀ ਹੈਗਾ ਜੀ, ਬੇਟੇ ਕੋ ਬੇਟੇ ਨੂੰ ਪੁੱਛੋ। 87-27 ਕਨ। ਹਾਂਜੀ ਬੇਟਾ, ਕੀ ਨਾਮ ਹੈ ਤੁਹਾਡਾ? ਮਾਈਕਲ। ਮਾਈਕਲ, ਕੋਈ ਨੰਬਰ ਘਰ ਦਾ ਜਿਹਦੇ ਉੱਤੇ ਕੋਈ ਤੁਹਾਨੂੰ ਫੋਨ ਕਰ ਸਕੇ ਤੁਹਾਡੀ ਮਦਦ? ਹਾਂਜੀ, 87-27-92-54। ਠੀਕ ਭਾਜੀ। ਭਾਜੀ ਕੀ ਨਾਮ ਹੈ ਭਾਜੀ ਤੁਹਾਡਾ? ਹਰਦੀਪ ਮਸੀਹ। ਹਾਂਜੀ ਹਰਦੀਪ ਮਸੀਹ ਜੀ। ਹਰਦੀਪ ਜੀ, ਕੀ ਕੰਮ ਕਰਦੇ ਹੋ? ਇਹੋ ਜੀ ਦਿਹਾੜੀ ਚਾਹੀਦਾ ਮਿਸਤਰੀਆਂ, ਮਗਰ ਜੇ 1 ਲੱਖ ਜੇ ਰੁਪਏ 4 ਦਿਨ ਵਿਹਲੇ ਰਹਿ ਜੀ। ਘਰ ਦੇ ਹਾਲਾਤ ਬੜੇ ਮੰਦੇ ਨੇ, ਡਿੱਗਣ ਵਾਲਾ ਘਰ ਹੈ, ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਮੰਗ ਇਹੋ ਜੀ, ਜੇ ਕੋਠੇ ਮੀਂਹ ਮਗਰੋਂ ਆਉਂਦਾ ਤੇ ਚੋਣ ਗੇਤੇ ਡੈ ਪੈਂਦੇ ਆ, ਤੇ ਜੇ ਮੈਂ ਕੁਛ ਕਰ ਦੋ ਮਿਹਰਬਾਨੀ ਤੇ ਪੈ ਜਾਣ। ਕੋਈ ਬਿਮਾਰੀ ਵੀ ਹੈ? ਕੋਈ ਕਹਿੰਦੇ ਬਿਮਾਰ ਵੀ ਤੁਹਾਡੇ ਘਰ ਦੇ ਦੱਸਦੇ ਪਏ ਨੇ? ਬਿਮਾਰ ਮੈਂ ਵੀ ਕੋਈ 2 ਦਿਨ ਠੀਕ ਰਹੇ ਤੇ ਤੀਜੇ ਦਿਨ ਭਾਵੇਂ ਬਿਮਾਰ ਹੋ ਜਾਣ। ਕਿੰਨੇ ਬੱਚੇ ਕਿੰਨੇ ਨੇ ਤੁਹਾਡੇ? ਬੱਚੇ 2 ਮੁੰਡੇ 1 ਕੁੜੀ। ਘਰ ਦੇ ਹਾਲਾਤ ਬਹੁਤ ਮੰਦੇ ਨੇ, ਕੋਈ ਸਰਕਾਰਾਂ ਤੱਕ ਦੀ ਕੋਈ ਆਵਾਜ਼ ਪਹੁੰਚਾਈ, ਕੋਈ ਸਰਪੰਚ ਨੇ ਜਾਂ ਕੋਈ ਪਿੰਡ ਦਾ ਨੁਮਾਇੰਦਾ ਕੋਈ? ਉਹ ਨਹੀਂ, ਦਿਹਾੜੀ ਜੇ ਮੈਂ 1 ਲਾਉਣਾ ਤੇ ਉਹ ਸੌਦੇ ਵਿੱਚ ਪੈਸੇ ਲੰਘ ਜਾਂਦੇ ਤੇ ਕੋਠੇ ਕਿੱਥੋਂ ਪੈਣੇ? ਤੇ 2-3 ਦਿਨ ਮੈਂ ਵਿਹਲਾ ਰਹਿ ਜਾਂਦਾ, 1 ਦਿਹਾੜੀ ਲੱਗਣੀ ਹੁੰਦੀ ਆ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਉਹ ਜੀ ਤੁਹਾਡੀ ਮਿਹਰਬਾਨੀ ਹੋਵੇ ਤੇ ਕੋਠੇ ਪੈ ਜਾਣ ਮੇਰੇ।